ਇਨ ਫਰਬਰੀ ਤੱਕ ਜੇਲ੍ਹ ਤੋਂ ਬਾਹਰ ਨਹੀਂ ਆਉਣਗੇ ਨਵਜੋਤ ਸਿੰਘ ਸਿੱਧੂ ਜੀ ਆ ਨਵਜੋਤ ਸਿੰਘ ਸਿੱਧੂ ਦੇ ਸਮਰਥਕਾਂ ਦੇ ਵਿੱਚ ਅੱਜ ਰੋਸ਼ਨੀ ਦੀ ਲਹਿਰ ਦੇਖਣ ਨੂੰ ਮਿਲੀ ਹੈ ਕਿਉਂਕਿ ਇੱਕ ਪਾਸੇ ਲਗਾਤਾਰ ਚਰਚਾਵਾਂ ਛੜੀਆਂ ਹੋਈਆਂ ਸੀ ਕਿ ਨਵਜੋਤ ਸਿੰਘ ਸਿੱਧੂ ਅੱਜ ਯਾਨੀ ਕਿ ਗਣਤੰਤਰਤਾ ਦਿਵਸ ਵਾਲੇ ਦਿਨ ਜੇਲ੍ਹ ਤੋਂ ਬਾਹਰ ਹੋਣਗੇ ਲਗਾਤਾਰ ਜੇਕਰ ਘਰ ਦੀ ਵੀ ਗੱਲ ਕਰੀਏ ਤਾਂ ਨਵਜੋਤ ਸਿੰਘ ਸਿੱਧੂ ਦੇ ਘਰ ਦੇ ਬਾਹਰ ਵੀ ਟੈਂਟ ਲੱਗੇ ਹੋਏ ਦੇਖਣ ਨੂੰ ਮਿਲੇ ਖੁਸ਼ੀ ਦਾ ਮਾਹੌਲ ਜਿਵੇਂ ਕਿ ਬਸ ਮਨਾਉਣ ਦੀਆਂ ਤਿਆਰੀਆਂ ਸੀ ਪਰ ਖੁਸ਼ੀਆਂ ਉਦੋਂ ਧਰੀਆਂ ਦੀਆਂ ਧਰੀਆਂ ਰਹਿ ਗਈਆਂ ਜਦੋਂ ਪਤਾ ਲੱਗਾ ਕਿ ਨਵਜੋਤ ਸਿੰਘ ਸਿੱਧੂ ਅੱਜ ਜੇਲ੍ਹ ਤੋਂ ਬਾਹਰ ਨਹੀਂ ਆ ਰਹੇ ਉਸ ਤੋਂ ਬਾਅਦ ਹੁਣ ਇਸ ਗੱਲ ਦੇ ਉੱਤੇ ਮੋਹਰ ਲੱਗ ਚੁੱਕੀ ਹੈ ਕਿ ਨਵਜੋਤ ਸਿੰਘ ਸਿੱਧੂ ਘੱਟੋ ਘੱਟ 3 ਫਰਵਰੀ ਤੱਕ ਜੇਲ੍ਹ ਤੋਂ ਬਾਹਰ ਨਹੀਂ ਆ ਸਕਦੇ ਦੱਸਦੇ ਕਿ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੀਨੀਅਰ ਨੇਤਾ ਅਮਨ अरोड़ा ਦਾ ਬਿਆਨ ਸਾਹਮਣੇ ਆ ਅਮਨ अरोड़ा ਨੇ ਜੋ ਬਿਆਨ ਦਿੱਤਾ ਹੈ ਉਹ ਸਾਫ ਤੌਰ ਤੇ ਆਪਣੇ ਆਪ ਦੇ ਵਿੱਚ ਜ਼ਾਹਿਰ ਕਰਦਾ ਹੈ ਕਿ ਨਵਜੋਤ ਸਿੰਘ ਸਿੱਧੂ ਕੱਟੋ-ਕੱਟ 3 ਫਰਵਰੀ ਤੱਕ ਜੇਲ੍ਹ ਤੋਂ ਬਾਹਰ ਨਹੀਂ ਆ ਸਕਦੇ ਇਸ ਦੇ ਪਿੱਛੇ ਵੱਡਾ ਕਾਰਨ ਇਹ ਵੀ ਦੱਸਿਆ ਗਿਆ ਹੈ ਕਿ ਅਜਿਹੇ ਜੋ ਮੁੱਦੇ ਨੇ ਇਹਨਾਂ ਨੂੰ ਲੈ ਕੇ ਪਹਿਲਾ ਕੈਬਨਿਟ ਦੀ ਮੀਟਿੰਗ ਹੁੰਦੀ ਆ ਉਸ ਮੀਟਿੰਗ ਦੇ ਵਿੱਚ ਜੋ ਫੈਸਲੇ ਆਉਂਦੇ ਨੇ ਉਹਨਾਂ ਦੇ ਉੱਤੇ ਪਹਿਲਾ ਚਰਚਾ ਹੁੰਦੀ ਆ ਅਤੇ ਜੋ ਡਿਸੀਜਨ ਆਂਦਾ ਹੈ ਉਸ ਦੇ ਆਧਾਰ ਦੇ ਉੱਤੇ ਕੰਮ ਹੁੰਦਾ ਸੋ ਅਮਨ अरोड़ा ਨੇ ਜਿੱਥੇ ਇੱਕ ਪਾਸੇ ਨਵਜੋਤ ਸਿੰਘ ਸਿੱਧੂ ਦਾ ਮੁੱਦੇ ਨੂੰ ਲੈ ਕੇ ਇੱਕ ਵੱਖਰਾ ਜਿਹਾ ਬਿਆਨ ਦਿੱਤਾ ਹੈ ਅਮਨ अरोड़ा ਨੇ ਕਿਹਾ ਹੈ ਕਿ ਇਹ ਆਮ ਮੁੱਦੇ ਨੇ ਇਹਨਾਂ ਨੂੰ ਬਹੁਤੀ ਹਵਾ ਨਾ ਦਿੱਤੇ ਜਾਵੇ ਜਿੱਥੇ ਇੱਕ ਪਾਸੇ ਅਜਿਹਾ ਬਿਆਨ ਦਿੱਤਾ ਅਤੇ ਦੂਜੇ ਪਾਸੇ ਅਮਨ अरोड़ा ਨੇ ਸਾਫ਼ ਤੌਰ ਤੇ ਕਹਿ ਦਿੱਤਾ ਹੈ ਕਿ ਅਜਿਹੇ ਮੁੱਦਿਆਂ ਦੇ ਉੱਤੇ ਪਹਿਲਾਂ ਕੈਬਨਿਟ ਦੀ ਮੀਟਿੰਗ ਹੁੰਦੀ ਹੈ ਤਾਂ ਇਹਨਾਂ ਸਮੇਂ ਦੇ ਦੌਰਾਨ ਸਾਡੀ ਕੋਈ ਕੈਬਨਿਟ ਦੀ ਮੀਟਿੰਗ ਨਹੀਂ ਹੋਈ ਐਸ ਅ ਨਾਲੀਆ ਮਨੋ ਰੋੜਾ ਨੇ ਇਹ ਵੀ ਕਿਹਾ ਹੈ ਕਿ ਜੋ ਮੀਟਿੰਗ ਹੈ ਉਹ 3 ਫਰਵਰੀ ਤੱਕ ਹੋਵੇਗੀ ਜਿਹਾ 3 ਫਰਵਰੀ ਤੱਕ ਦੀ ਕੈਬਨਟ ਮੀਟਿੰਗ ਦੀ ਗੱਲ ਕੀਤੀ ਗਈ ਹੈ ਤੇ ਕਿਹਾ ਗਿਆ ਕਿ ਕੈਬਨਟ ਮੀਟਿੰਗ ਮੀਟਿੰਗ ਦੇ ਵਿੱਚ ਮੁੱਦੇ ਦੇ ਉੱਤੇ ਚਰਚਾ ਹੋਵੇਗੀ ਉਸ ਤੋਂ ਬਾਅਦ ਫੈਸਲੇ ਦੇ ਉੱਤੇ ਗੱਲਬਾਤ ਹੋਵੇਗੀ ਯਾਨੀ ਹਲੇ ਵੀ ਇਹ ਸਾਫ਼ ਜ਼ਾਹਿਰ ਨਹੀਂ ਹੋ ਸਕਦਾ ਕਿ ਅਮਨ ਅਰੋੜਾ ਨੇ ਜੋ ਬਿਆਨ ਦਿੱਤਾ ਉਸ ਤੋਂ ਸਾਫ਼ ਕਲੀਅਰ ਹੁੰਦਾ ਹੈ ਕਿ ਸਿੱਧੂ 3 ਫਰਵਰੀ ਤੋਂ ਬਾਅਦ ਵੀ ਜੇਲ੍ਹ ਤੋਂ ਬਾਹਰ ਨਹੀਂ ਆ ਸਕਦੇ ਕਿਉਂਕਿ ਜੇਕਰ ਮੁੱਦੇ ਦੇ ਉੱਤੇ ਮੋਹਰ ਲੱਗ ਜਾਂਦੀ ਹੈ ਜੇਕਰ ਨਵਜੋਤ ਸਿੰਘ ਸਿੱਧੂ ਦੇ ਹੱਕ ਦੇ ਵਿੱਚ ਫੈਸਲਾ ਆ ਜਾਂਦਾ ਹੈ ਕੈਬਨਿਟ ਮੀਟਿੰਗ ਦੇ ਵਿੱਚ ਫੈਸਲਾ ਹੋ ਜਾਂਦਾ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਜੋ 50 ਕੈਦੀ ਨੇ ਉਹਨਾਂ ਦੇ ਸਣੇ ਜੇਲ੍ਹ ਤੋਂ ਬਾਹਰ ਕਰ ਦਿੱਤਾ ਜਾਵੇ ਤਾਂ ਤਾਂ ਨਵਜੋਤ ਸਿੰਘ ਸਿੱਧੂ ਜੇਲ੍ਹ ਤੋਂ ਬਾਹਰ ਆ ਸਕਦੇ ਨੇ ਨਹੀਂ ਤਾਂ ਕੈਬਨਿਟ ਦੀ ਮੀਟਿੰਗ ਦੇ ਵਿੱਚ ਜੇਕਰ ਨਵਜੋਤ ਸਿੰਘ ਸਿੱਧੂ ਦੇ ਹੱਕ ਦੇ ਵਿੱਚ ਫੈਸਲਾ ਨਹੀਂ ਲਿਆ ਜਾਂਦਾ ਤਾਂ ਇਥੋਂ ਇਹ ਵੀ ਸਾਬਤ ਹੁੰਦਾ ਹੈ ਕਿ ਨਵਜੋਤ ਸਿੰਘ ਸਿੱਧੂ ਹੋ ਸਕਦਾ ਹੈ ਕਿ 3 ਫਰਵਰੀ ਤੱਕ ਵੀ ਰਿਹਾ ਨਾ ਹੋਣ ਸੋ ਇਹ ਵੱਡਾ ਸਵਾਲੀਆ ਚਿੰਨ੍ਹ ਖੜਾ ਹੋ ਗਿਆ ਹੈ ਪਰ ਅਮਨ अरोड़ा ਦੇ ਬਿਆਨ ਨੇ ਸਾਫ਼ ਜ਼ਾਹਰ ਕਰ ਦਿੱਤਾ ਹੈ ਕਿ 3 ਫਰਵਰੀ ਤੱਕ ਨਵਜੋਤ ਸਿੰਘ ਸਿੱਧੂ ਜੇਲ੍ਹ ਤੋਂ ਬਾਹਰ ਨਹੀਂ ਆ ਸਕਦੇ ਪਰ ਫਿਲਹਾਲ ਕੀ ਹੈ ਇਸ ਦੇ ਬਾਰੇ ਵੀ ਪੂਰੀ ਨਜ਼ਰ ਕਰਾਂਗੇ ਤੁਹਾਨੂੰ ਪੂਰੀ ਖਬਰ ਦਿਖਾਉਣੇ ਆ ਕੇ ਰਮਨ ਅਰੋੜਾ ਕਿਆ ਕੀ ਰਹਿਨੇ ਪਰ ਉਸ ਤੋਂ ਪਹਿਲਾ ਤੁਹਾਡੇ ਕਮੈਂਟ ਲਾਜ਼ਮੀ ਨੇ ਕਮੈਂਟ ਬਾਕਸ ਰਹੀਂ ਜ਼ਰੂਰ ਦੱਸਣਾ ਕਿ ਆਖਰ ਨਵਜੋਤ ਸਿੰਘ ਸਿੱਧੂ ਦੀ ਰਿਹਾਈ ਹੋਣੀ ਚਾਹੀਦੀ ਸੀ ਜਾਂ ਫਿਰ ਨਹੀਂ ਇਹਨਾਂ ਵਿਸ਼ਾ ਨੂੰ ਲੈ ਕੇ ਤੁਹਾਡੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਬਾਕਸ ਰਹੀਂ ਜ਼ਰੂਰ ਸਾਂਝਾ ਕਰਨਾ ਹੁਣ ਬਾਦਿਆ ਅਮਨ ਅਰੋੜਾ ਦੇ ਬਾਦ ਜੀ ਨਿਕਲ ਨਾ ਜਾਏ ਬੱਚਿਆਂ ਨੂੰ ਮਿਲਿਆ ਹੁਣ ਹਾਂਜੀ ਸਭ ਪਹਿਲਾਂ ਤਾਂ ਅੱਜ ਅੱਜ ਦੇਸ਼ ਦੇ 74ਵੇਂ ਗਣਤੰਤਰਤਾ ਦਿਵਸ ਦੇ ਉੱਪਰ ਮੈਂ ਸਮੁੱਚੇ ਮੁਹੱਲੀ ਨਿਵਾਸੀਆਂ ਨੂੰ ਪੰਜਾਬ ਨਿਵਾਸੀਆਂ ਨੂੰ ਦੇਸ਼ ਨਿਵਾਸੀਆਂ ਨੂੰ ਲੱਖ ਲੱਖ ਮੁਬਾਰਕਬਾਦ ਦੇਣਾ ਚਾਹੁੰਦਾ ਔਰ ਸਜਦਾ ਕਰਨਾ ਚਾਹੁੰਦੇ ਆ ਉਹਨਾਂ ਮਹਾਨ ਸ਼ਹੀਦਾਂ ਨੂੰ ਜਿਨ੍ਹਾਂ ਦੀ ਵਜ੍ਹਾ ਕਰਕੇ ਅੱਜ ਆਪਾਂ ਖੁੱਲੇ ਆਸਮਾਨ ਤੇ ਆਜ਼ਾਦੀ ਦੀ ਜਿਹੜੀ ਹਵਾ ਹੈ ਉਹਦਾ ਆਨੰਦ ਮਾਣ ਰਹੇ ਆ ਔਰ ਮੈਨੂੰ ਵਿਸ਼ਵਾਸ ਹੈ ਕਿ ਪੰਜਾਬ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਯੋਗ ਅਗਵਾਈ ਦੇ ਵਿੱਚ ਪੌਣੇ 3 ਕਰੋੜ ਪੰਜਾਬੀ ਮੋਢੇ ਨਾਲ ਮੋਢਾ ਜੋੜ ਕੇ ਪੰਜਾਬ ਨੂੰ ਮੋੜ ਦੁਆਰਾ ਨੰਬਰ 1 ਸੂਬਾ ਰੰਗਲਾ ਤੇ ਖੁਸ਼ਹਾਲ ਪੰਜਾਬ ਦੇ ਬਣਾਉਣ ਦੇ ਲਈ ਯਤਨ ਸ਼ੀਲ ਰਹਿਣਗੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਨੂੰ ਪੂਰੇ ਮੁਲਕ ਦਾ ਸਰਤਾਜ ਹੈ ਜਿਹੜਾ ਉਹ ਬਣਾਉਣ ਦਾ ਤਸਹੀਆ ਆਪਾਂ ਸਾਰਿਆਂ ਨੇ ਕੀਤਾ ਹੋਇਆ ਤੇ ਉਹਦੇ ਵਿੱਚ ਪ੍ਰਮਾਤਮਾ ਮਿਹਰ ਕਰਨ ਬੜੀ ਜਲਦੀ ਹੀ ਆਪਾਂ ਆਪਣਾ ਟੀਚਾ ਜਿਹੜਾ ਉਹ ਹਾਸਲ ਕਰਾਂਗੇ ਅਮਨ ਜੀ ਆਜ਼ਾਦੀ ਦਾ ਅੰਮ੍ਰਿਤ ਮਹਾਂ ਉਸ ਨੂੰ ਮਨਾਇਆ ਜਾ ਰਿਹਾ 26 ਜਨਵਰੀ ਨੂੰ ਬਹੁਤ ਸਾਰੇ ਕੈਦੀ ਰਿਹਾ ਕੀਤੇ ਜਾਣੇ ਸੀ ਪਰ ਪੰਜਾਬ ਸਰਕਾਰ ਵੱਲੋਂ ਕੋਈ ਕੈਦੀ ਨਹੀਂ ਰਿਹਾ ਕੀਤੇ ਜਾ ਰਹੇ ਖਾਸ ਤੌਰ ਤੇ ਜ਼ਿਕਰ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਹੋ ਰਹੀ ਹੈ ਦੇਖੋ ਇਸ ਤਰ੍ਹਾਂ ਕਿ ਇਹ ਬਿਨਾ ਗੱਲ ਤੋਂ ਇੱਕ ਇਸ਼ਾਰਾ ਨੂੰ ਤੂਲ ਹੈ ਜਿਹੜੀ ਉਹ ਦਿੱਤੀ ਜਾ ਰਹੀ ਹੈ ਇਹ ਕੋਈ ਵੀ ਫੈਸਲਾ ਕਰਨਾ ਹੁੰਦਾ ਤੇ ਉਹ ਕੈਬਨਟ ਡਿਸੀਜਨ ਤੋਂ ਬਾਅਦ ਹੀ ਹੋਣਾ ਹੁੰਦਾ ਤੇ ਪਿਛਲੇ ਕੁਝ ਸਮੇਂ ਤੋਂ ਕੈਬਨਟ ਮੀਟਿੰਗ ਹੈ ਜਿਹੜੀ ਉਹ ਹੋਈ ਨਹੀਂ ਹੈਗੀ 3 ਫ फेब्रुवारी ਨੂੰ ਕੈਬਨਟ ਦੀ ਮੀਟਿੰਗ ਹੋਣ ਜਾ ਰਹੀ ਹੈ ਉਸ ਦੇ ਵਿੱਚ ਕਿਹੜੇ ਕਿਹੜੇ ਏਜੰਡੇ ਆਉਣਗੇ ਉਹ ਤੁਹਾਡੇ ਸਾਹਮਣੇ ਆ ਜਾਏਗਾ ਡਾਕਟਰ ਆਰਥਿਕ ਪੱਖੋਂ ਜਿਹੜੇ ਕਮਜ਼ੋਰ ਪਰਿਵਾਰ ਨੇ ਉਹਨਾਂ ਵਾਸਤੇ ਘਰ ਬਣਾਉਣ ਦਾ ਐਲਾਨ ਕੀਤਾ ਹੈ ਕੀ ਇਹ ਪਾਲਿਸੀ ਹੋਵੇਗੀ ਕਦੋਂ ਤੱਕ ਇੰਪਲੀਮੈਂਟਿਸਤੇ ਕੀਤਾ ਜਾਊਗਾ ਇਹ ਭਗਵੰਤ ਮਾਨ ਜੀ ਦੀ ਅਗਵਾਈ ਦੇ ਵਿੱਚ ਪੰਜਾਬ ਦੇ ਵਿੱਚ ਤਕਰੀਬਨ 25000 ਤੋਂ ਵੀ ਵੱਧ ਈਡਬਲਿਊਐਸ ਹਾਊਸਿਸ ਨੇ ਜਿਹੜੇ ਉਹ ਬਣਾਉਣ ਦਾ ਪਲਾਨ ਹੈ ਜਿਹੜਾ ਉਹ ਚੱਲ ਰਿਹਾ ਹੈ ਮਾਡਲ ਫਾਈਨਲ ਹੋ ਚੁੱਕਿਆ ਹੈ ਔਰ ਜਿਵੇਂ ਹੀ ਮਾਨ ਸਾਹਿਬ ਦੀ ਔਰ ਕੈਬਨਟ ਦੀ ਫਾਈਨਲ ਅਪਰੂਵਲ ਮਿਲਦੀ ਹੈ ਉਦੇ ਨਾਲ ਪਹਿਲੇ ਫੇਜ਼ ਦੇ ਵਿੱਚ 15000 ਪਲੱਸ ਹਾਊਸਿਸ ਨੇ ਜਿਹੜੇ ਉਹ ਪੂਰੇ ਪੰਜਾਬ ਚ ਬਣਾਏ ਜਾਣਗੇ ਜਿਸ ਦੇ ਵਿੱਚੋਂ 75 ਏਕੜ ਦੇ ਵਿੱਚ 5000 ਮਕਾਨ ਨੇ ਜਿਹੜੇ EWS ਕੈਟਾਗਰੀ ਦੇ ਉਹ ਸਿਰਫ ਔਰ ਸਿਰਫ ਮੋਹਾਲੀ ਦੇ ਵਿੱਚ ਬਣਾਏ ਜਾਣਗੇ ਥੈਂਕ ਯੂ ਸੋ ਮਾਜੀ ਆਓ